ਅਕਾਲ ਜੀ ਸਾਰੇ ਪੰਜਾਬ ਦੇ ਭਰਾਵਾਂ ਨੂੰ। ਸਾਡੇ ਅੱਜ ਰੋਪੜ ਜ਼ਿਲ੍ਹੇ ਦੇ ਪ੍ਰਧਾਨ ਖੜ੍ਹੇ ਆ। ਪ੍ਰਧਾਨ ਸਾਹਿਬ ਇਹ ਦੱਸੋ ਵੀ ਆ ਤੁਸੀਂ ਗੱਡੀ ਲਈ ਆ PV01 24-22, ਸਰਕਾਰ ਨੂੰ ਟੈਕਸ ਕਿੰਨਾ ਦਿੱਤਾ ਇਹ ਦੱਸੋ। ਮੇਰਾ ਕੁਐਸਚਨ ਆ ਤੁਹਾਨੂੰ, ਕਿੰਨਾ ਟੈਕਸ ਦਿੱਤਾ ਸਰਕਾਰ ਨੂੰ ਤੁਸੀਂ ਜਦੋਂ ਇਹ ਨਵੀਂ ਖਰੀਦੀ ਆ, ਵੀ ਸਰਕਾਰ ਦਾ ਕਿੰਨਾ ਟੈਕਸ ਆ ਇਹਦੇ 'ਚ ਗੱਡੀ 'ਚ? GST ਜਿਵੇਂ ਅਰਾਊਂਡ ਅਬਾਊਟ 1,00,000 ਰੁਪਈਆ। ਹਾਂਜੀ, ਸਾਡੇ ਜਨਰਲ ਸੈਕਟਰੀ ਸਾਹਿਬ ਵੀ ਨੇ ਜੀ। ਤੁਸੀਂ ਦੇਖੋ ਵੀ ਪੰਜਾਬ ਦੇ ਕਿੱਡੇ ਭੋਲੇ ਭਾਲੇ ਲੋਕ ਨੇ ਜਾਂ ਪ੍ਰਧਾਨ ਨੇ ਜਿਹੜੇ ਸਾਡੇ, ਕਿੱਡੇ ਭੋਲੇ ਭਾਲੇ ਨੇ। ਇਹ ਜਿਹੜੀ ਇਹਨਾਂ ਨੇ ਗੱਡੀ ਲਈ ਆ, ਇਹਦੀ ਜੇ ਕੀਮਤ ਲਾਈਏ ਆਪਾਂ 12,00,000 ਰੁਪਈਆ, 10 ਤੋਂ 12 ਲੱਖ ਰੁਪਈਆ ਕੀਮਤ ਆ, ਜਿਹਦੇ 'ਚ 6,00,000 ਰੁਪਈਏ ਦੀ ਇਹ ਗੱਡੀ ਆ ਅਤੇ 6,00,000 ਰੁਪਈਆ ਸਰਕਾਰ ਦਾ ਟੈਕਸ ਆ। ਉਹ ਕਿਸ ਤਰ੍ਹਾਂ, ਕਿੱਡੀ ਕਿੱਡੀ ਸਿਆਣੀ ਆ ਸਰਕਾਰ, 28% GST ਆ। 28% ਦੇ ਨਾਲ ਨਾਲ 15% ਸੈੱਸ ਆ, ਜਿਹੜਾ ਕਿ 43% ਜਿਹੜਾ ਟੈਕਸ, ਜਿਹੜਾ ਕਿ ਕੁਛ ਵੀ ਨਾ ਕਰੇ ਸਰਕਾਰ ਉਹ ਸਿੱਧਾ ਹੀ ਪਹਿਲਾਂ ਲੈ ਜਾਂਦੀ ਆ। ਤੁਸੀਂ ਦੇਖੋ ਇਹਨਾਂ ਨੂੰ ਇਹ ਨਹੀਂ ਪਤਾ, ਭਰਾਵਾਂ ਨੂੰ, ਸਾਡਿਆਂ ਨੂੰ, ਚਾਹੇ ਉਹ ਪੰਜਾਬ ਦੇ ਆ, ਟਰੱਕ ਆਪਰੇਟਰ ਆ, ਬੱਸ ਆਪਰੇਟਰ ਆ, ਚਾਹੇ ਕੋਈ ਟੈਕਸੀ ਆਪਰੇਟਰ ਆ। ਉਸ ਤੋਂ ਬਾਅਦ ਜੇ ਹੁਣ ਮੈਂ ਗੱਲ ਕਰਾਂ, ਜਿਹੜਾ ਇਹ ਨੰਬਰ ਅਸੀਂ ਲਿਆ ਵਾ PV01, ਇਹਦਾ ਕਿੰਨਾ ਟੈਕਸ ਆ? ਇਹ ਇਸ ਗੱਡੀ ਦੇ ਉੱਤੇ ਅਸੀਂ ਲੋਨ ਕਰਾਇਆ, ਅਸੀਂ ਆਤਮ ਨਿਰਭਰ ਲੋਕ ਹਾਂ, ਆਪ ਕਰ ਕਿਰਤ ਕਮਾਈ ਕਰਕੇ ਰੋਜ਼ੀ ਰੋਟੀ ਆਪਦੀ ਕਮਾਉਂਦੇ ਹਾਂ, ਇਸ 'ਤੇ ਲੋਨ ਕਰਾਇਆ। ਲੋਨ ਕਿਹਨੇ ਕਰਾਇਆ? ਅਸੀਂ ਲੋਨ ਅਸੀਂ ਕਰਾ ਕੇ ਬੈਂਕ ਨੂੰ ਵਿਆਜ, ਲੋਨ ਕਰਾ ਕੇ ਬੈਂਕ ਨੇ ਵਿਆਜ ਕਿੰਨਾ ਲਾਇਆ? ਜੇ ਅਸੀਂ 10,00,000 ਦਾ ਲੋਨ ਕਰਾਇਆ, ਬੈਂਕ ਦਾ ਵਿਆਜ ਹੋ ਗਿਆ 4,00,000 ਰੁਪਈਆ। ਉਸ ਤੋਂ ਬਾਅਦ 50,000 ਰੁਪਈਆ ਇਹਦਾ, ਜਾਣੀ 1,00,000 ਰੁਪਈਆ ਸਾਲ ਦਾ ਪਰਮਿਟ ਇੰਸ਼ੋਰੈਂਸ ਟੈਕਸ, ਰੋਡ ਟੈਕਸ ਜਿਹੜਾ ਸਟੇਟ ਦਾ, 50% ਤੋਂ ਬਾਅਦ ਇਹ ਟੈਕਸ ਹੋ ਗਏ। ਅਤੇ ਅਸੀਂ, ਤੁਸੀਂ ਦੇਖ ਲਓ ਵੀ ਘਰੇ ਕੀ ਲੈ ਕੇ ਜਾ ਰਹੇ ਹਾਂ, ਸਿਆਣੇ ਅਸੀਂ ਜਾਂ ਸਿਆਣੀ ਸਰਕਾਰ, ਇੰਨਾ ਕੁਛ ਦੇਣ ਦੇ ਬਾਵਜੂਦ ਵੀ ਸਾਨੂੰ ਫੈਸਿਲਿਟੀ ਕੀ ਆ? 0, ਕੋਈ ਮੈਡੀਕਲ ਨਹੀਂ, ਕੋਈ ਬੱਚਿਆਂ ਨੂੰ ਪੜ੍ਹਾਈ ਦਾ ਨਹੀਂ। ਅਤੇ ਜਦੋਂ ਕੋਈ ਅਸੀਂ ਆਪਦੀ ਕੋਈ ਡਿਮਾਂਡ ਰੱਖਣੀ ਹੋਵੇ ਜਾਂ ਕੁਛ, ਉਦੋਂ ਸਾਨੂੰ ਸੜਕਾਂ 'ਤੇ ਬੈਠਣਾ ਪੈਂਦਾ। ਸਾਡੇ ਸਿਰੋਂ ਚੁਣੇ ਹੋਏ ਇਹ ਲੋਕ, ਚਾਹੇ ਕੋਈ MLA ਆ, ਚਾਹੇ ਕੋਈ MP ਆ, ਸੂਈ ਦੇ ਨੱਕੇ ਤੋਂ ਲੈ ਕੇ ਹਵਾਈ ਜਹਾਜ਼ ਦੀਆਂ ਟਿਕਟਾਂ ਤੱਕ ਫਰੀ। ਅਤੇ ਖੱਜਲ ਕੌਣ ਹੋ ਰਿਹਾ? ਉਹ ਲੋਕ ਜਿਨ੍ਹਾਂ ਦੇ ਸਿਰਾਂ 'ਤੇ ਐਸ਼ ਕਰਦੇ ਆ। ਸੋ ਲੋਕਤੰਤਰ ਦਾ ਕਿੱਡਾ ਘਾਣ ਹੋ ਰਿਹਾ! ਬਚਾਓ ਪੰਜਾਬ ਨੂੰ, ਪੰਜਾਬੀਅਤ ਨੂੰ। ਅਤੇ ਆਓ, ਜਿਹਨੂੰ ਨਹੀਂ ਪਤਾ ਉਹਨੂੰ ਅਸੀਂ ਜ਼ਰੂਰ ਦੱਸੀਏ ਵੀ ਅਸੀਂ ਕਿੰਨਾ ਟੈਕਸ ਭਰ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ।